ਸਾਤਿ ਸ਼੍ਰੀ ਅਕਾਲ ਦੋਸਤੋ ਅੱਜ ਲੈ ਕੇ ਆ ਰਹੇ ਹਾਂ ਕਹਾਣੀ ਮਾੜਾ ਬੰਦਾ ਲੇਖਕ ਪ੍ਰੇਮ ਪ੍ਰਕਾਸ਼ ਉਹ ਉੱਥੇ ਹੀ ਖੜਾ ਸੀ ਮੇਰੀ ਪਤਨੀ ਨੇ ਮੈਥੋਂ ਚੋਰੀ-ਚੋਰੀ ਰਸੋਈ ਚੋਂ ਨਿਕਕੇ ਉਹਨੂੰ ਦੋ ਵਾਰ ਦੇਖਿਆ ਫੇਰ ਉਹ ਬੂਹੇ ਚ ਖਲੋ ਕੇ ਮੇਰੇ ਵੱਲ ਵੇਖਣ ਲੱਗੀ ਮੈਂ ਖਿਜੀ ਨਜ਼ਰ ਨਾਲ ਉਹਨੂੰ ਵੇਖਿਆ ਤਾਂ ਉਹ ਰਸੋਈ ਚ ਵੜ ਕੇ ਚਾਹ ਬਣਾਉਣ ਲੱਗ ਪਈ ਮੈਂ ਮੇਜ਼ ਤੇ ਬਹਿ ਕੇ ਫੇਰ ਉਹੀ ਚਿੱਠੀ ਲਿਖਣ ਦਾ ਯਤਨ ਕਰਨ ਲੱਗਾ ਜਿਹੜੀ ਕਈ ਦਿਨਾਂ ਤੋਂ ਅਧੂਰੀ ਪਈ ਸੀ ਜੰਗਲਾਤ ਦੇ ਅਸਰ ਆਪਣੀ ਭੂਆ ਦੇ ਪੁੱਤਰ ਭਰਾ ਨੂੰ ਫਰਨੀਚਰ ਬਣਵਾ ਕੇ ਭੇਜਣ ਲਈ ਲਿਖਣਾ ਸੀ ਸਾਈਜ਼ ਤੇ ਡਿਜ਼ਾਈਨ ਲਿਖਣ ਵੇਲੇ ਗੱਲ ਉਲਝ ਗਈ ਸੀ ਜਦੋਂ ਕੋ ਸੁੱਲਜਣ ਲੱਗੀ ਤਾਂ ਪਤਨੀ ਨੇ ਆ ਕੇ ਹੌਲੀ ਦੇਣੀ ਕਿਹਾ ਹਾਂ ਜੀ ਉਹ ਉੱਥੇ ਹੀ ਖਲੋਤਾ ਹੈ ਪਤਨੀ ਹਲੇ ਵੀ ਬੇਚੈਨ ਸੀ ਮੈਂ ਚਾਹੁੰਦਾ ਸੀ ਬਈ ਉਹਦਾ ਧਿਆਨ ਹੀ ਨਾ ਕਰੇ ਪਰ ਮੈਥੋਂ ਆਪ ਚਿੱਠੀ ਲਿਖੀ ਨਹੀਂ ਸੀ ਜਾ ਰਹੀ ਮੈਂ ਵੀ ਉਹਨੂੰ ਬਾਰੀ ਵਿੱਚੋਂ ਕਈ ਵਾਰ ਵੇਖ ਚੁੱਕਾ ਸੀ ਉਹ ਉੰਜੇ ਖਲੋਤਾ ਸੀ ਚੌਂਕ ਦੇ ਖੱਬੇ ਪਾਸੇ ਆਪਣੇ ਰਿਕਸ਼ੇ ਦਾ ਰੁੱਖ پارک ਵੱਲ ਨੂੰ ਕਰਕੇ ਪਹਿਲਾਂ ਉਹ ਰਿਕਸ਼ੇ ਦੀ ਗੱਡੀ ਤੇ ਬੈਠਾ ਸੀ ਫੇਰ ਉਹ ਪੈਡਲਾਂ ਤੇ ਖਲੋ ਗਿਆ ਹੁਣ ਉਹਨੇ ਕਾਠੀ ਤੇ ਕੂਣੀ ਰੱਖੀ ਹੋਈ ਸੀ ਤੇ ਝੁਕਿਆ ਖਲੋਤਾ ਸੀ ਜਿਵੇਂ ਉਹਨੇ ਕਿਤੇ ਜਾਣਾ ਵੀ ਨਹੀਂ ਹੁੰਦਾ ਉਹਨੇ ਇੱਕ ਵਾਰ ਵੀ ਮੁੜ ਕੇ ਸਾਡੇ ਵੱਲ ਨਹੀਂ ਸੀ ਵੇਖਿਆ ਟੋਕਾ ਟੋਦੋਂ ਉਹ ਖਾਲੀ ਪਲਾਟ ਵੱਲ ਵੇਖੀ ਜਾ ਰਿਹਾ ਸੀ ਜਿਵੇਂ ਉਹਦਾ ਸਾਡੇ ਨਾਲ ਕੋਈ ਲੈਣ ਦੇਣ ਹੀ ਨਾ ਹੋਵੇ ਕੁੱਬੀ ਹੋਈ ਉਹਦੀ ਪਿੱਠ ਤੇ ਸੱਜੇ ਮੋਢੇ ਦੀ ਹੱਡੀ ਤੱਕ ਪੈੜੀ ਜਹੀ ਬੋਰਸ਼ਟ ਤੇ ਹੋਰ ਰੰਗ ਦੇ ਕੱਪੜੇ ਦੀ ਟਾਕੀ ਲੱਗੀ ਹੋਈ ਸੀ ਕਛੇ ਢੇਠ ਕਾਲੀਆਂ ਸੁੱਕੀਆਂ ਲੱਤਾਂ ਸਨ ਤੇ ਸਿਰ ਦੇ ਵਾਲ ਮੈਲੇ ਉੱਜੇ ਹੋਏ ਸਨ ਉਹਨੂੰ ਵੇਖ ਕੇ ਹੀ ਦਿਲ ਖਰਾਬ ਹੁੰਦਾ ਸੀ ਜੇ ਉਹਦੀ ਫੋਟੋ ਖਿੱਚ ਕੇ ਅਖਬਾਰ 'ਚ ਛਾਪੀ ਜਾਵੇ ਤਾਂ ហេਠਾਂ ਲਾਇਕ ਦਿੱਤਾ ਜਾਵੇ ਏ ਹੈ ਉਹ ਮੁੰਡਾ ਜਿਹੜੇ ਆਪਣੇ ਮਾਲਕ ਉਹਦੀ ਪਤਨੀ ਤੇ ਇਕਲੌਤੇ ਪੁੱਤਰ ਨੂੰ ਕਤਲ ਕਰਕੇ ਉਹਨਾਂ ਦੇ ਸਾਰੇ ਗਹਿਣੇ ਲੈ ਕੇ ਭੱਜ ਗਿਆ ਸੀ ਤਾਂ ਲੋਕ ਸੱਚ ਮੰਨ ਲੈਣਗੇ ਇਹਦੀਆਂ ਭੁੱਖੀਆਂ ਭੁੱਖੀਆਂ ਨਜ਼ਰਾਂ ਇਸ ਤਰ੍ਹਾਂ ਹੈਰਾਨੀ ਨਾਲ ਵੇਖਦੀਆਂ ਨੇ ਜਿਵੇਂ ਕੁਝ ਚੰਗਾ ਵੇਖਿਆ ਹੀ ਨਹੀਂ ਹੁੰਦਾ ਕਮੀਨੀਆਂ ਜਈਆਂ ਜਦੋਂ ਉਹਨੇ ਪਿਹੜਾ ਜਿਹਾ ਮੂੰਹ ਕਰਕੇ ਆਨੇ ਕੱਢ ਕੇ ਮੇਰੇ ਵੱਲ ਤੱਕਿਆ ਸੀ ਜਿਵੇਂ ਹੱਤਕ ਕਰ ਰਿਹਾ ਹੋਵੇ ਤਾਂ ਮੈਨੂੰ ਖੇਜ ਆ ਗਈ ਸੀ ਤੇ ਜਦੋਂ ਉਹਨੇ ਮੇਰੀ ਪਤਨੀ ਦੇ ਫੜਾਏ ਦੋ ਰੁਪਏ ਬੋੜ-ਬੋੜ ਕਰਕੇ ਵਗਾ ਮਾਰੇ ਸਨ ਤਾਂ ਮੇਰਾ ਦਿਲ ਕੀਤਾ ਸੀ ਭਈ ਉਹਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲਾਵਾਂ ਅਤੇ ਸੁੱਕੀਆਂ ਜਹੀਆਂ ਬਾਵਾਂ ਦੇ ਕੰਨੇ ਮਰੋੜ ਦਿਆਂ ਪਰ ਮੇਰੀ ਪਤਨੀ ਨੇ ਮੈਨੂੰ ਰੋਕ ਦਿੱਤਾ ਕੁਝ ਮੈਂ ਆਪ ਵੀ ਚੁੱਪ ਕਰ ਗਿਆ ਪਰ ਇਸ ਕਮੀਨੇ ਜਿਹੇ ਬੰਦੇ ਨੂੰ ਕੀ ਹੱਥ ਲਾਉਣਾ ਏ ਛਿੱਟੇ ਹੀ ਪੈਣਗੇ ਉਹ ਨਿੱਕੀ ਜਹੀ ਗਾਲ ਕੱਢ ਦੇਵੇ ਹੱਥ ਚੁੱਕ ਲਵੇ شریف ਆਦਮੀ ਮਿੱਟੀ ਹੋ ਜਾਂਦਾ ਹੈ ਫੇਰ ਭਾਵੇਂ ਉਹ ਆਪਣੇ ਆਪ ਨੂੰ ਹੀ ਗਾਲਾਂ ਕੱਢ ਲਵੇ ਲੋਕ ਸਮਝਦੇ ਨੇ ਦੂਜੇ ਨੂੰ ਹੀ ਕੱਢ ਰਿਹਾ ਏ ਉਂਝ ਵੀ ਮੈਂ ਨਹੀਂ ਚਾਹੁੰਦਾ ਬਈ ਮਾੜੇ ਬੰਦੇ ਨਾਲ ਲੜਿਆ ਜਾਵੇ ਪਰ ਇਹ ਬੇਇਨਸਾਫੀ ਵੀ ਸਹੀ ਨਹੀਂ ਹੁੰਦੀ ਸਬਜੀ ਮੰਡੀ ਤੋਂ ਇਥੋਂ ਤੱਕ ਦੇ 2 ਰੁਪਏ ਦੇਣੇ ਤੈਅ ਕੀਤੇ ਸਨ ਮੇਰੀ ਪਤਨੀ ਨੇ ਫੇਰ ਝਗੜਾ ਕਰਦਾ ਇਹ ਕਮੀਨਾ ਤਰੀਕਾ ਏ ਇਹਨਾਂ ਦਾ ਮੰਗਣ ਦਾ ਜਾਂ ਠੱਗਣ ਦਾ ਪਹਿਲਾਂ ਕਹਿਣਗੇ ਜੋ ਮਰਜ਼ੀ ਦੇ ਦਿਓ ਪਰ ਲੈਣ ਵੇਲੇ ਆਪਣੀ ਮਰਜ਼ੀ ਦੇ ਲੈਣਗੇ ਜੇ ਪੈਸੇ ਤੈਅ ਕਰ ਲਓ ਤਾਂ ਜਦੋਂ ਮੋਹੱਲਾ ਨੇੜੇ ਆਉਣ ਲੱਗਦਾ ਏ ਤਾਂ ਕਹਿਣ ਲੱਗ ਪੈਂਦੇ ਨੇ ਬੀਬੀ ਜੀ ਇਹ ਤਾਂ ਬੜੀ ਦੂਰ ਏ ਸ਼ਹਿਰ ਦਾ ਦੂਜਾ ਪਾਸਾ ਆ ਗਿਆ ਮਾਡਲ ਟਾਊਨ ਤਾਂ ਡੂਡ ਮੀਲ ਲੰਮਾ ਏ ਗਰੀਬ ਆਦਮੀ ਨੂੰ ਮਾਰ ਲਿਆ ਇਸ ਵੇਲੇ ਕੋਈ ਇੰਨੀ ਦੂਰ ਕਾ ਨੂੰ ਆਉਂਦਾ ਏ ਅੱਜ ਤਾਂ ਦੁਪਹਿਰ ਦੇ 2 ਹੀ ਵਜੇ ਸਨ ਇਹਦਾ ਖਿਆਲ ਸੀ ਬਈ ਘਰ ਚੋਂ ਕੋਈ ਮਰਦ ਨਹੀਂ ਹੋਵੇਗਾ ਜਨਾਨੀ ਨੂੰ ਠੱਗ ਲਵਾਂਗਾ ਰੇਕਸ਼ਾ ਰੋਕੇ ਕਹਿੰਦਾ ਇਹ ਤਾਂ ਬੀਬੀ ਜੀ ਸ਼ਕਤੀ ਨਗਰੀ ਆ ਗਿਆ ਸੜਕ ਟੁੱਟੀ ਪਈ ਏ 3 ਰੁਪਏ ਦਿਓ ਆਵਾਜ਼ ਸੁਣ ਕੇ ਮੈਂ ਬਾਹਰ ਨਿਕਲ ਆਇਆ ਉਹਨੇ ਮੇਰੇ ਸਾਹਮਣੇ ਮੇਰੀ ਪਤਨੀ ਦੇ ਫੜਾਈ 2 ਰੁਪਏ ਵਗਾ ਸੁੱਟੇ ਜਦੋਂ ਮੈਂ ਉਹਨੂੰ ਕਮੀਨਾ ਕਹਿ ਕੇ ਮਾਰਨ ਲੱਗਾ ਤਾਂ ਗਰੀਬ ਹਾਣਾ ਮਾੜਾ ਬੰਦਾ ਹਾਣਾ ਆਖਦਾ ਭੇੜੀਆਂ ਜਈਆਂ ਨਜ਼ਰਾਂ ਨਾਲ ਵੇਖਦਾ ਰਿਕਸ਼ਾ ਲੈ ਕੇ ਤੁਰ ਗਿਆ ਮੈਨੂੰ ਪਤਾ ਸੀ ਬਈ ਉਹ 1 ਰੁਪਿਆ ਵਧ ਮੰਗ ਕੇ 50 ਪੈਸੇ ਵਾਧਾ ਲੈਣਾ ਚਾਹੁੰਦਾ ਸੀ ਪਰ ਇਹ ਕੋਈ ਤਰੀਕਾ ਸੀ ਉਹ ਮਿੰਤਾ ਨਾਲ ਮਿੰਤਾ ਨਾ ਸਹੀ ਨਿਮਰਤਾ ਨਾਲ ਕਹਿੰਦਾ ਬਈ ਮੈਂ ਸਮਝਦਾ ਸੀ ਕੋਠੀ ਨੇੜੇ ਹੋਵੇਗੀ ਪਰ ਬੀਬੀ ਜੀ ਇਹ ਦੂਰ ਨਿਕਲੀ ਮੈਨੂੰ 50 ਪੈਸੇ ਹੋਰ ਦੇ ਦਿਓ ਉਹਨੂੰ ਉਸੇ ਵੇਲੇ ਮਿਲ ਜਾਣੇ ਸਨ ਭਗਤਨੀ ਮੇਰੀ ਪਤਨੀ ਤਾਂ ਤੁਰੇ ਜਾਂਦੇ ਗਰੀਬ ਗੁਰਬੇ ਨੂੰ ਰੋਟੀ ਚਾਹ ਦੇ ਦਿੰਦੀ ਏ ਐਨੇ ਤਾਂ ਫੇਰ ਵੀ ਉਹਨੂੰ ਢੋ ਕੇ ਲਿਆਂਦਾ ਸੀ ਪਰ ਪਵਾੜਾ ਪੈ ਗਿਆ ਉਹਦੇ ਰੁਪਏ ਸੁੱਟਣ ਅਤੇ ਮੇਰੇ ਗਰਮ ਹੋਣ ਤੇ ਮੇਰੀ ਪਤਨੀ ਚਾਹ ਦਾ ਆਪਣਾ ਕੱਪ ਵੀ ਮੇਰੇ ਕੋਲ ਲੈ ਆਈ ਤਾਂ ਚੀਨੀ ਲੈਣ ਦੇ ਬਹਾਨੇ ਇੱਕ ਵਾਰ ਫੇਰ ਉਹ ਨੂੰ ਵੇਖ ਆਈ ਕੁਰਸੀ ਤੇ ਬਹਿ ਕੇ ਚਾਹ ਪੀਂਦੀ ਨੇ ਮੇਰੇ ਚਿਹਰੇ ਵੱਲ ਤੱਕਿਆ ਜਦ ਮੈਂ ਚੁੱਪ ਹੀ ਰਿਹਾ ਤਾਂ ਆਪ ਹੀ ਬੋਲੀ ਛੱਡੋ ਪਰੇ 3 ਰੁਪਏ ਹੀ ਨੇ ਦੇ ਦੇਓ ਆ ਨਹੀਂ ਮੈਂ ਇੱਕੋ ਸ਼ਬਦ ਬੋਲਿਆ ਉਹ ਗਰੀਬ ਏ ਪੈਸੇ ਡੱਗ ਵੀ ਪੈਂਦੇ ਨੇ ਬੱਚੇ ਰੋਜ਼ ਰੁਪਏ 2 ਰੁਪਏ ਖਰਚ ਦਿੰਦੇ ਨੇ ਕਿੰਨੇ ਪੈਸੇ ਐਵੇਂ ਰੋੜ ਛੱਡੀ ਦੇ ਨੇ ਉਹ ਰਿਕਸ਼ੇ ਵਾਲੀ ਦੀ ਵਕੀਲ ਬਣੀ ਬੈਠੀ ਸੀ ਹਮਦਰਦੀ ਨਾਲ ਜਾਂ ਡਰ ਨਾਲ ਉਹ ਜੋ ਦੀ ਗੱਲ ਠੀਕ ਸੀ ਮੈਂ ਰੋਜ਼ 3.5 ਰੁਪਏ ਦੀਆਂ ਸਿਗਰਟਾਂ ਪੀਂਦਾ ਹਾਂ ਮਹੀਨੇ 'ਚ 2-3 ਵਾਰ ਸਿਨੇਮਾ ਦੇਖਦਾ ਹਾਂ ਡੈਡੀ ਰਿਕਸ਼ੇ ਵਾਲਾ ਉੱਥੇ ਖਲੋਤਾ ਏ ਇੱਕ ਬੰਦੇ ਨੇ ਪੁੱਛਿਆ ਚੱਲਣਾ ਹੀ ਕੰਪਨੀ ਬਾ ਕਹਿੰਦਾ ਨਹੀਂ ਮੇਰੇ ਵੱਡੇ ਪੁੱਤਰ ਨੇ ਆ ਕੇ ਦੱਸਿਆ ਬੇਵਕੂਫ ਜਾਹਲ ਤਦੇ ਸਾਲੇ ਗਰੀਬ ਨੇ ਨਜਾਇਜ਼ ਤਰੀਕੇ ਨਾਲ 1 ਰੁਪਿਆ ਕਮਾਉਣ ਬਦਲੇ 2 ਰੁਪਏ ਦੀ ਸਵਾਰੀ ਗਵਾ ਦਿੱਤੀ ਪੂਰਾ 1 ਘੰਟਾ ਬਰਬਾਦ ਕਰ ਲਿਆ 5 ਰੁਪਏ ਕਮਾਏ ਜਾ ਸਕਦੇ ਸੀ ਇਸ ਸਮੇਂ ਚ ਬੜ ਬੜਾ ਕਿਵੇਂ ਇੰਜ ਕਿਹਾ ਬਈ ਮੁੰਡਾ ਨਾ ਸੁਨੇ ਤੇ ਚਿੱਠੀ ਅਧੂਰੀ ਹੀ ਪਰੇ ਕਰ ਦਿੱਤੀ ਮੈਂ ਨਹੀਂ ਸੀ ਚਾਹੁੰਦਾ ਬਈ ਮੁੰਡੇ ਨੂੰ ਮੇਰੇ ਚਿਹਰੇ ਤੇ ਇਸ ਚਿੰਤਾ ਦਾ ਪਤਾ ਲੱਗੇ ਜਿਹੜੀ ਰਿਕਸ਼ੇ ਵਾਲੇ ਦੇਖ ਲੋ ਨਾਲ ਮੈਨੂੰ ਹੋ ਰਹੀ ਸੀ ਮੈਂ ਪਤਨੀ ਨੂੰ ਵੀ ਇਵੇਂ ਜ਼ਾਹਿਰ ਜ਼ਾਹਿਰ ਕਰ ਰਿਹਾ ਸੀ ਤੇ ਸਮਝਾ ਵੀ ਰਿਹਾ ਸੀ ਬਈ ਉਹ ਉਧਰ ਧਿਆਨ ਹੀ ਨਾ ਦੇਵੇ ਸਾਲਾ ਆਪੇ ਥੱਕ ਹਾਰ ਕੇ ਚਲਿਆ ਜਾਵੇਗਾ ਪਤਨੀ ਕੱਪ ਚੁੱਕ ਕੇ ਰਸੋਈ 'ਚ ਚਲੀ ਗਈ ਮੈਂ ਉੱਠ ਕੇ ਬਾਰੀ ਵਿੱਚ ਛਾਤੀ ਮਾਰੀ ਕੋਈ ਹੋਰ ਰਿਕਸ਼ੇ ਵਾਲਾ ਉਹਦੇ ਕੋਲ ਖੜੋਤਾ ਸੀ ਉਹ ਦੂਜਾ ਰਿਕਸ਼ੇ ਵਾਲਾ ਕੋਈ ਗੱਲ ਕਰਕੇ ਕਾਲ ਨਾਲ ਅੱਡੇ ਵੱਲ ਨੂੰ ਚਲਾ ਗਿਆ ਮੈਨੂੰ ਲੱਗਾ ਉਹ ਆਪਣੇ ਸਾਥੀਆਂ ਨੂੰ ਬੁਲਾਉਣ ਗਿਆ ਏ ਇਹਨੂੰ ਇਹਨਾਂ ਵਿੱਚ ਏਕਤਾ ਬੜੀ ਏ ਝਗੜਾ ਹੁੰਨ ਤੇ ਸਾਰੇ ਚੰਬੜ ਜਾਂਦੇ ਨੇ ਪਰ ਦੂਜੇ ਮੁਸਾਫਰ ਵੇਖ ਕੇ ਵੀ ਲੰਘ ਜਾਂਦੇ ਨੇ ਬੁਲਾ ਲਿਆ ਵੇ ਮੈਂ ਕੋਈ ਡਰਦਾ ਸੋਚ ਕੇ ਮੈਂ ਕੁਰਸੀ ਤੇ ਬਹਿ ਗਿਆ ਪਤਨੀ ਮੁੜ ਕੇ ਆ ਕੇ ਬੂਹੇ ਚ ਖਲੋ ਗਈ ਹੌਲੀ ਦੇਣੀ ਕਹਿੰਦੀ ਰਿਕਸ਼ੇ ਵਾਲੇ ਨੂੰ ਚੰਗਾ ਹੁੰਦਾ ਇੱਕ ਕੱਪ ਚਾਹ ਪਿਆ ਦਿੰਦੀ ਹੁਣ ਡੋਲਣੀ ਪਈਏ ਉਹ ਸਮਝੌਤੇ ਦਾ ਰਾਹ ਲੱਭ ਰਹੀ ਸੀ ਲੱਗਦਾ ਸੀ ਉਹ ਹਾਰ ਗਈ ਏ ਜੇ ਉਹ ਰਿਕਸ਼ੇ ਵਾਲਾ ਮੁੜ ਕੇ ਆ ਜਾਵੇ ਤਾਂ ਮੈਂ ਇਥੋਂ ਚਲਾ ਜਾਵਾਂ ਇਹ ਉਹ ਨੂੰ ਚੁੱਪ ਕਰਕੇ 3 ਰੁਪਏ ਹੀ ਦੇ ਦੇਵੇਗੀ ਕਿਉਂ ਜੀ ਉਹ ਕਹਿਣ ਲੱਗੀ ਜੇ ਰਾਤ ਹੋਵੇ ਮੀਂਹ ਵਸਦਾ ਹੋਵੇ ਤਾਂ 3 ਹੀ ਰੁਪਏ ਲੈਂਦੇ ਨੇ ਰਿਕਸ਼ੇ ਵਾਲੇ ਹੁਣ ਮੀਂਹ ਵਰਸਦਾ ਮੇਰੇ ਮੂੰਹ ਇਹ ਗੱਲ ਸ਼ਕਤੀ ਨਾਲ ਨਿਕਲ ਗਈ ਇਸ ਦਾ ਅਹਿਸਾਸ ਮੈਨੂੰ ਵੀ ਸਿੱਦਤ ਨਾਲ ਹੋਇਆ ਉਹ ਉੱਠ ਕੇ ਦੂਜੇ ਕਮਰੇ 'ਚ ਚਲੀ ਗਈ ਮੈਂ ਚਿੱਠੀ ਦੇ 2 3 17 ਚਰੀਟੀਆਂ ਤੇ ਪੂਰੀ ਕਰ ਦਿੱਤੀ ਪੂਰੀ ਕੀ ਕਰ ਦਿੱਤੀ ਥੱਕ ਹਾਰ ਕੇ ਲੇਖ ਦਿੱਤੀ ਹੋਰ ਗੱਲਾਂ ਮੈਂ ਅਗਲੀ ਚਿੱਠੀ ਚੱਲੀਂਗਾ ਡਿਜ਼ਾਈਨ ਜਿਹੜਾ ਤੁਹਾਨੂੰ ਚੰਗਾ ਲੱਗੇ ਤੇ ਲੱਕੜ ਬਾਰੇ ਮਿਸਤਰੀ ਨੇ ਜਿਹੜੀ ਗੱਲ ਮੈਨੂੰ ਦੱਸੀ ਸੀ ਉਹ ਭੁੱਲ ਭਲਾ ਗਈ ਏ ਵਿਚਕਾਰ ਹਰਾਮਜਾਦਾ ਉਹ ਆ ਗਿਆ ਸੀ ਜਿਹੜਾ ਚੌਂਕ ਚ ਖਲੋਤਾ ਸੀ ਸ਼ਾਇਦ ਹਾਲੇ ਵੀ ਉਵੇਂ ਖਲੋਤਾ ਹੋਵੇ ਰਿਕਸ਼ੇ ਦੀ ਕਾਠੀ ਤੇ ਕੂਣੀ ਟਿਕਾ ਕੇ ਮੈਨੂੰ ਪਤਨੀ ਦੀ ਇਹ ਸਾਦ ਦਿੱਤੇ ਖੇਜਾਈ ਕਿ ਜਦੋਂ ਵੀ ਕੋਈ ਮਜ਼ਦੂਰ ਝਗੜਾ ਪਾਵੇ ਤਾਂ ਵੱਧ ਪੈਸੇ ਦੇ ਕੇ ਖਲਾਸੀ ਕਰ ਲਈ ਜਾਵੇ ਤੇ ਅੱਡੇ ਤੇ ਬੈਠੇ ਮੰਗਤੇ ਦੀ ਇਹ ਗੱਲ ਮੰਨ ਲਈ ਜਾਵੇ ਪੰਜੀ ਪੈਸੇ ਦਾ ਪਾਣ ਖਾ ਕੇ ਥੁੱਕ ਦਿੰਦੇ ਹੋ ਇਸ ਗਰੀਬ ਦੀ ਤਲੀ ਤੇ ਥੁੱਕ ਦਿਓ ਇਸ ਮਾਮਲੇ 'ਚ ਮੈਂ ਉਹਦੇ ਨਾਲ ਬੈਸ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਗੱਲ ਦਰੀ ਨਾਲੋਂ ਵੱਧ ਭਾਵਨਾ ਦੀ ਏ ਉਹ ਪੁੰਨ ਸਮਝ ਕੇ ਸੁਖੀ ਹੋ ਜਾਂਦੀ ਏ ਤੇ ਰਿਕਸ਼ੇ ਵਾਲਾ ਜਦ ਮੰਗਤਾ ਠੇਕੇ ਤੋਂ ਬੋਤਲ ਲੈ ਆਉਂਦਾ ਏ ਮੇਰਾ ਦਿਲ ਕੀਤਾ ਉੱਠ ਕੇ ਰਿਕਸ਼ੇ ਵਾਲੇ ਕੋਲ ਜਾਵਾਂ ਤੇ ਪੁੱਛਾਂ ਭਈ ਤੂੰ ਜਾਣਾ ਏ ਕਿ ਨਹੀਂ ਪਲਾ ਮਾਨਸ ਬਣ ਕੇ ਪੈਸੇ ਲੈ ਕੇ ਤੁਰ ਜਾ ਨਹੀਂ ਤਾਂ ਛੇਤਰ ਲਾ ਲਵਾ ਦਿਆਂਗਾ ਪੁਲਿਸ ਨੂੰ ਫੋਨ ਕਰਕੇ ਕਹਿ ਦਿਆਂਗਾ ਇਹ ਬਦਮਾਸ਼ ਰਿਕਸ਼ੇ ਵਾਲਾ ਮੈਨੂੰ ਧਮਕੀ ਦਿੰਦਾ ਏ ਮੇਰੀ ਇੱਜ਼ਤ ਨੂੰ ਹੱਥ ਪਾਉਣ ਨੂੰ ਸਿਰਦਾ ਏ ਔਖਾ ਜਿਹਾ ਉੱਠ ਕੇ ਮੈਂ ਬਰਾਂਡੇ ਚ ਆਇਆ ਗੁੱਸੇ ਨਾਲ ਵੇੜ ਚ ਗਿਆ ਗੇਟ ਵੱਲ ਵਧਿਆ ਤਾਂ ਉਹ ਰਿਕਸ਼ੇ ਵਾਲਾ ਉੱਥੇ ਨਹੀਂ ਸੀ ਮੈਂ ਪਿਛਾਂ ਮੁੜ ਕੇ ਪਤਨੀ ਨੂੰ ਆਵਾਜ਼ ਮਾਰੀ ਉਹ ਕੋਈ ਧਰਮ ਪੋਥੀ ਪੜਦੀ ਬਾਹਰ ਨਿਕਲੀ ਮੈਂ ਉਹਨੂੰ ਦੱਸਿਆ ਕਿ ਉਹ ਚਲਾ ਗਿਆ ਏ ਉਹਨੇ ਛੱਟ ਦੇਣੀ ਪੋਥੀ ਬੰਦ ਕਰਕੇ ਬਰਾਡੇ ਦੀ ਬੰਨੀ ਤੇ ਰੱਖ ਦਿੱਤੀ ਅਸੀਂ ਲਾਂਚ ਪਈਆਂ ਕੁਰਸੀਆਂ ਤੇ ਬਹਿ ਗਏ ਉਹਦੇ ਚਿਹਰੇ ਤੇ ਦੁੱਖ ਦਾ ਜਿਹੜਾ ਪੋਚਾ ਫਿਰਿਆ ਪਿਆ ਸੀ ਉਹ ਧੁੱਪ ਗਿਆ ਸੀ ਮੈਂ ਐਵੇਂ ਪੁੱਛਿਆ ਅੱਜ ਰਾਤੀ ਫਿਲਮ ਨਾ ਵੇਖ ਆਈਏ ਹੂੰ ਹੂੰ ਹੁਣ ਆਪਾਂ ਇਹ 3 ਰੁਪਏ ਪਿੰਗਲਵਾੜੇ ਨੂੰ ਦੇ ਦੇਾਂਗੇ ਤੇ ਉਹ 50 ਪੈਸੇ ਜਿਹੜੇ ਤੂੰ ਵਾਅਦਾ ਦੇਣੇ ਸਨ ਉਹ ਉਹ ਅੱਡੇ ਵਾਲੇ ਮੰਗਤੇ ਦੀ ਤਲੀ ਤੇ ਤਰ ਦੇਵਾਂਗੇ ਜਿਵੇਂ ਤੇਰੀ ਮਰਜ਼ੀ ਤੂੰ ਮਖਤਿਆਰ ਏ ਮੈਨੂੰ ਕੀ ਗੱਲ ਕਰਕੇ ਅਸੀਂ ਇੱਕ ਦੂਜੇ ਵੱਲ ਵੇਖਿਆ ਤੇ ਮੁਸਕਰਾ ਪਈ ਧੰਨਵਾਦ